आरती देवल तेरे वधिदे कदम पवन तरती देवल तेरे वधिदे कदम तेरे जीवन दे बंदिरा खोलणगे रब दी बरकत देदा उजड़े खिल जानेगे सुते पाग तेरे जाग तेन डोलणगे पवन तरती देवल पूरी हो जावेगी बगदी हनेरी भी खलो जावेगी मंगी दुआ पूरी हो जावेगी बगदी हनेरी भी खलो जावेगी फिर ना होवेगा डर ना ही कोई फिकर खंब आत्मा दे तेरे उत्ते डोलने के रब दी बरकत देना उजड़े खिल जानेगे सुते पाग तेरे जाग तेन डोलने के पावन तरती देवल तेरे वधी दे कदम तेरे जीवन दे बंदेरा खोलने के पावन तरती देवल फ्रांसिस चर्च अमृतसर के पिछले एपीसोड के जानकारी प्राप्त की इस दे इतिहास बारे अते असी गलबात की उतों के मौजूदा पैरिश प्रीस्ट मोनसीनियर मैथ्यू कुकरनम जी के नाल सो अज के इस एपीसोड जानकारी प्राप्त कर जा रहे हो इस गिरजाघर के अंदरले अते बाहरले हिस्से बारे ਇਹ ਤਾਂ ਹੋ ਗਈ ਗੱਲ ਇਸ ਦੇ ਇਤਿਹਾਸ ਬਾਰੇ ਅਤੇ ਮੌਨਸੀਨੀਅਰ ਮੈਥਿਊ ਕੁਕੰਡਮ ਜੀ ਨੇ ਬੜੇ ਹੀ ਸੁਚੱਜੇ ਅਤੇ ਵਧੀਆ ਢੰਗ ਦੇ ਨਾਲ ਸਾਨੂੰ ਇਸ ਦੇ ਇਤਿਹਾਸ ਦੇ ਨਾਲ ਜਾਣੂ ਕਰਵਾਇਆ ਸੋ ਹੁਣ ਅਸੀਂ ਜਾਣਕਾਰੀ ਪ੍ਰਾਪਤ ਕਰਾਂਗੇ ਇਸ ਗਿਰਜਾਘਰ ਦੇ ਬਾਹਰ ਅਤੇ ਅੰਦਰ ਦੀਆਂ ਕੁਝ ਮਹੱਤਵਪੂਰਨ ਚੀਜ਼ਾਂ ਬਾਰੇ ਜੋ ਬਣਾਉਂਦੀਆਂ ਹਨ ਇਸ ਨੂੰ ਇਤਿਹਾਸਕ ਅਤੇ ਖਾਸ ਪਰ ਇਸ ਤੋਂ ਵੀ ਪਹਿਲਾਂ ਅਸੀਂ ਦੇਖਾਂਗੇ ਕਿ ਹੁਣ ਤੱਕ ਇਸ ਗਿਰਜਾਘਰ ਦੇ ਵਿੱਚ ਕਿਹੜੇ ਕਿਹੜੇ ਪੁਰੋਹਿਤਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਹਨ
ਗੱਲ ਕਰੀਏ ਇਸ ਗਿਰਜਾਘਰ ਦੀ ਬਣਾਵਟ ਦੀ ਤਾਂ ਇਹ ਗਿਰਜਾਘਰ ਵੀ ਫਿਰੋਜ਼ਪੁਰ ਦੇ ਸੇਂਟ ਜੋਸਫ ਗਿਰਜਾਘਰ ਦੇ ਵਾਂਗ ਹੀ ਗੋਥਿਕ ਆਰਕੀਟੈਕਚਰ ਸ਼ੈਲੀ ਜਿਸ ਨੂੰ ਪੁਆਇੰਟ ਆਰਕੀਟੈਕਚਰਲ ਵੀ ਕਿਹਾ ਜਾਂਦਾ ਹੈ ਇਹ ਯੂਰਪ ਦੇ ਵਿੱਚ 12ਵੀਂ ਤੋਂ 16ਵੀਂ ਸ਼ਤਾਬਦੀ ਦੇ ਅੰਤ ਤੱਕ ਕਾਫੀ ਪ੍ਰਸਿੱਧ ਸੀ ਅਤੇ ਕੁਝ ਖੇਤਰਾਂ ਦੇ ਵਿੱਚ 17ਵੀਂ ਤੋਂ 18ਵੀਂ ਸਦੀ ਦੇ ਵਿੱਚ ਵੀ ਇਸ ਦਾ ਕਾਫੀ ਪ੍ਰਚਲਨ ਸੀ ਅਸੀਂ ਜਾਣਦੇ ਹਾਂ ਕਿ ਇਸ ਗਿਰਜਾਘਰ ਦਾ ਨਿਰਮਾਣ 1863 ਈਸਵੀ ਦੇ ਵਿੱਚ ਮਾਨਯੋਗ ਫਾਦਰ ਐਂਜਲੋ ਜੈਕੋਬਾਈ ਨੇ ਕਰਵਾਇਆ ਸੀ ਜੋ ਕਿ ਇਟਲੀ ਦੇ ਫਰਾਂਸਿਸਕਨ ਮਿਸ਼ਨਰੀਆਂ ਦੇ ਵਿੱਚੋਂ ਹੀ ਸਨ ਅਤੇ ਅਸੀਂ ਸਮਝ ਸਕਦੇ ਹਾਂ ਕਿ ਉਹਨਾਂ ਨੇ ਯੂਰਪੀਅਨ ਹੋਣ ਕਰਕੇ ਹੀ ਉੱਥੋਂ ਦੀ ਆਰਕੀਟੈਕਚਰ ਸ਼ੈਲੀ ਦੇ ਵਿੱਚ ਹੀ ਇਸ ਗਿਰਜਾਘਰ ਦਾ ਨਿਰਮਾਣ ਕਰਵਾਇਆ ਜਦੋਂ ਅਸੀਂ ਇਸ ਗਿਰਜਾਘਰ ਦੇ ਅੰਦਰ ਪ੍ਰਵੇਸ਼ ਕਰਦੇ ਹਾਂ ਤਾਂ ਇਸ ਗਿਰਜਾਘਰ ਦੇ ਪ੍ਰਵੇਸ਼ ਦੁਆਰ ਦੇ ਬਿਲਕੁਲ ਉੱਪਰ ਸਿਰੇ ਤੇ ਗਿਰਜਾਘਰ ਦੀ ਘੰਟੀ ਲੱਗੀ ਹੋਈ ਹੈ ਪਰ ਇਹ ਅੱਜ ਕੱਲ੍ਹ ਦੇ ਸਮੇਂ ਵਾਲੀ ਘੰਟੀ ਨਹੀਂ ਹੈ ਬਲਕਿ ਇਹ ਉਹੀ ਇਤਿਹਾਸਕ ਘੰਟੀ ਹੈ ਜੋ ਉਸ ਸਮੇਂ ਵਿੱਚ ਪ੍ਰਸਿੱਧ ਸੀ ਇਸ ਦੇ ਨਾਲ ਹੀ ਅਸੀਂ ਦੇਖਦੇ ਹਾਂ ਇਸ ਦੇ ਪ੍ਰਵੇਸ਼ ਦੁਆਰ ਨੂੰ ਜਿਸ ਉੱਪਰ ਬਾਈਬਲ ਵਿੱਚੋਂ ਸੰਤ ਮੱਤੀ ਦੀ ਅੰਜੀਲ 11 ਬਾਬ ਦੀ 28 ਆਇਤ ਲਿਖੀ ਹੋਈ ਹੈ हे थके मन दे अते बोझ हेठ दबे हुए लोको मेरे कोल आओ मैं तुहानू आराम देंगा इस दरवाजे दे बिल्कुल विचकार ही ए लिखा होया है तुहानू शांति मिले इस तो असी समझ सकते हाँ कि प्रभु येसु मसीह बोझ हेठ दबे लोगों नू शांति देने लई अपने कोल बुलाते हैं अते जदों कोई दुखी इंसान इस गिरजाघर दे अंदर प्रवेश करन तो पहला इस वचन नू पढ़दा होवेगा तां उसनू शांति दा अनुभव हुंदा होवेगा इस दीआं चुगाठां उत्ते एक होर वचन लिखिया होया है मैं दरवाजा हाँ आई एम द डोर इस दरवाजे उपर मसीह जयंती सन 2000 दा लोगो भी लग्या होया है जिसका विषय ए रख्या गया सी जीसस क्राइस्ट यस्टरडे टूडे एंड फॉरएवर यानी प्रभु येसु मसीह कल अज अते हमेशा तीक रहेगा ਹੁਣ ਅੰਦਰ ਚੱਲ ਕੇ ਦੇਖਦੇ ਹਾਂ ਇਸ ਦੇ ਇੰਟੀਰੀਅਰ ਯਾਨੀ ਅੰਦਰਲੇ ਹਿੱਸੇ ਨੂੰ ਜਿਵੇਂ ਹੀ ਅਸੀਂ ਇਸ ਗਿਰਜਾਘਰ ਦੇ ਪ੍ਰਵੇਸ਼ ਦੁਆਰ ਤੋਂ ਅੰਦਰ ਪ੍ਰਵੇਸ਼ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਇਸ ਪ੍ਰਵੇਸ਼ ਦੁਆਰ ਤੋਂ ਇਲਾਵਾ ਵੀ ਇਸ ਗਿਰਜਾਘਰ ਦੇ ਅੰਦਰ 6 ਹੋਰ ਦਰਵਾਜ਼ੇ ਹਨ ਜੋ ਕਿ ਇਸ ਗੱਲ ਵੱਲ ਸੰਕੇਤ ਕਰਦੇ ਹਨ ਕਿ ਗਿਰਜਾਘਰ ਸਿਰਫ ਮਸੀਹ ਲੋਕਾਂ ਵਾਸਤੇ ਹੀ ਨਹੀਂ ਬਲਕਿ ਹਰ ਮਜ਼ਹਬ ਧਰਮ ਅਤੇ ਜਾਤ ਦੇ ਲੋਕਾਂ ਵਾਸਤੇ ਖੁੱਲ੍ਹਾ ਹੈ ਕਿਉਂਕਿ ਪ੍ਰਭੂ ਯੇਸੂ ਮਸੀਹ ਨੇ ਨਾ ਸਿਰਫ ਮਸੀਹਾਂ ਲਈ ਪਰ ਪੂਰੀ ਮਨੁੱਖ ਜਾਤੀ ਲਈ ਆਪਣਾ ਜੀਵਨ ਕੁਰਬਾਨ ਕੀਤਾ ਹੁਣ ਅਸੀਂ ਗੱਲ ਕਰਾਂਗੇ ਗਿਰਜਾਘਰ ਦੀ ਸਭ ਤੋਂ ਮਹੱਤਵਪੂਰਨ ਚੀਜ਼ ਦੇ ਬਾਰੇ ਵੇਦੀ ਸਥਾਨ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਪਾਕਮਾਸ ਦੀ ਕੁਰਬਾਨੀ ਚੜ੍ਹਾਈ ਜਾਂਦੀ ਹੈ ਕੈਥੋਲਿਕ ਹੋਣ ਦੇ ਨਾਤੇ ਅਸੀਂ ਜਾਣਦੇ ਹਾਂ ਕਿ ਪਾਕਮਾਸ ਸਾਡੇ ਵਿਸ਼ਵਾਸ ਅਤੇ ਭਗਤੀ ਦਾ ਕੇਂਦਰ ਹੈ ਅਤੇ ਖੁਦਾਈ ਜੀਵਨ ਦਾ ਸਰੋਤ ਹੈ ਇਹ ਪਾਕਮਾਸ ਹੀ ਹੈ ਜੋ ਸਾਨੂੰ ਪ੍ਰਭੂ ਯੇਸੂ ਦੇ ਪਵਿੱਤਰ ਬਲੀਦਾਨ ਦੀ ਕੀਮਤ ਪਹਿਚਾਨਣ ਵਿੱਚ ਸਾਡੀ ਸਹਾਇਤਾ ਕਰਦੀ ਹੈ ਇਹ ਹੈ ਪਾਕ ਸੰਦੂਕ ਪਾਕ ਸੰਦੂਕ ਇੱਕ ਲਿਟਰਜੀਕਲ ਫਰਨੀਚਰ ਹੈ ਜਿਸ ਵਿੱਚ ਪਵਿੱਤਰ ਯੂਕ੍ਰਿਸਤ ਨੂੰ ਰੱਖਿਆ ਜਾਂਦਾ ਹੈ ਪਾਕ ਸੰਦੂਕ ਦੀ ਖਾਸੀਅਤ ਇਹ ਹੈ ਕਿ ਇਹ ਪਵਿੱਤਰ ਯੂਕ੍ਰਿਸਤ ਨੂੰ ਅਸ਼ੁੱਧ ਹੋਣ ਤੋਂ ਬਚਾਉਂਦਾ ਹੈ ਅਸੀਂ ਦੇਖ ਸਕਦੇ ਹਾਂ ਕਿ ਇਸ ਗਿਰਜਾਘਰ ਦਾ ਪਾਕ ਸੰਦੂਕ ਪਵਿੱਤਰ ਯੂਕ੍ਰਿਸਤ ਦੇ ਰੂਪ ਵਿੱਚ ਹੀ ਬਣਾਇਆ ਗਿਆ ਹੈ ਜਿਸ ਨੂੰ ਦੇਖਦੇ ਹੀ ਕਲੀਸਿਆ ਦੇ ਲੋਕਾਂ ਦੇ ਵਿੱਚ ਭਗਤੀ ਭਾਵਨਾ ਜਾਗਦੀ ਹੈ ਇਸ ਪਾਕ ਸੰਦੂਕ ਦੇ ਦੋਵਾਂ ਪਾਸੇ ਤੁਸੀਂ ਦੋ ਸਵਰਗ ਦੂਤਾਂ ਦੇ ਸਟੈਚੂ ਬਣੇ ਦੇਖ ਸਕਦੇ ਹੋ ਜਿਨ੍ਹਾਂ ਦੇ ਹੱਥਾਂ ਵਿੱਚ ਮੋਮਬੱਤੀਆਂ ਹਨ ਜੋ ਕਿ ਹਮੇਸ਼ਾ ਜਾਗਦੀਆਂ ਹੀ ਰਹਿੰਦੀਆਂ ਹਨ ਜੋ ਸਾਨੂੰ ਇਹ ਯਾਦ ਕਰਵਾਉਂਦੀਆਂ ਹਨ ਕਿ ਪ੍ਰਭੂ ਯੇਸੂ ਯੂਕ੍ਰਿਸਤ ਦੇ ਰੂਪ ਵਿੱਚ ਹਰ ਸਮੇਂ ਪਾਕ ਸੰਦੂਕ ਦੇ ਵਿੱਚ ਮੌਜੂਦ ਰਹਿੰਦੇ ਹਨ ਪਾਕ ਸੰਦੂਕ ਦੇ ਬਿਲਕੁਲ ਉੱਪਰ ਪ੍ਰਭੂ ਯੇਸੂ ਦੀ ਪਵਿੱਤਰ ਸਲੀਬ ਬਣੀ ਹੈ ਜੋ ਕਿ ਈਸਾਈ ਵਿਸ਼ਵਾਸ ਦਾ ਵਿਸ਼ਵ ਵਿਆਪੀ ਚਿੰਨ੍ਹ ਹੈ
ਇਹ ਪਵਿੱਤਰ ਸਲੀਬ ਪ੍ਰਭੂ ਯਿਸੂ ਮਸੀਹ ਦੀ ਮੌਤ ਉੱਤੇ ਜਿੱਤ ਨੂੰ ਦਰਸਾਉਂਦੀ ਹੈ। ਇਹ ਸਲੀਬ ਇੱਕ ਅਹਿਮ ਪ੍ਰਤੀਕ ਹੈ ਜੋ ਕੈਥੋਲਿਕ ਗਿਰਜਾਘਰਾਂ ਦੇ ਵਿੱਚ ਜਗਵੇਦੀ ਦੇ ਉੱਪਰ ਜਾਂ ਬਿਲਕੁਲ ਉੱਪਰ ਲਗਾਈ ਜਾਂਦੀ ਹੈ। ਵੇਦੀ ਸਥਾਨ ਦੇ ਦੋਵਾਂ ਪਾਸਿਆਂ ਤੇ ਤੁਸੀਂ ਦੋ ਸਟੈਚੂ ਦੇਖ ਸਕਦੇ ਹੋ, ਇੱਕ ਪਾਸੇ ਮਾਤਾ ਮਰੀਅਮ ਦਾ ਅਤੇ ਇੱਕ ਪਾਸੇ ਸੰਤ ਯੂਸਫ ਦਾ। ਆਮ ਤੌਰ ਤੇ ਹਰ ਇੱਕ ਗਿਰਜਾਘਰ ਦੇ ਵਿੱਚ ਇਹ ਦੋਵੇਂ ਸਟੈਚੂ ਰੱਖੇ ਹੁੰਦੇ ਹਨ ਜੋ ਸਾਡੇ ਜੀਵਨ ਵਿੱਚ ਪ੍ਰਭੂ ਯਿਸੂ ਮਸੀਹ ਤੋਂ ਇਲਾਵਾ ਮਾਂ ਮਰੀਅਮ ਅਤੇ ਸੰਤ ਯੂਸਫ ਦੀ ਅਹਿਮੀਅਤ ਨੂੰ ਦਰਸਾਉਂਦੇ ਹਨ। ਇਹ ਹੈ ਰੇਲਿੰਗ, ਜਿਸ ਨੂੰ ਵੇਦੀ ਰੇਲ ਜਾਂ ਕਮਿਊਨੀਅਨ ਰੇਲ ਵੀ ਕਿਹਾ ਜਾਂਦਾ ਹੈ। ਇਹ ਵੇਦੀ ਸਥਾਨ ਦੇ ਹਿੱਸੇ ਨੂੰ ਗਿਰਜਾਘਰ ਦੇ ਬਾਕੀ ਹਿੱਸੇ ਤੋਂ ਵੱਖ ਕਰਦੀ ਹੈ। ਆਮ ਤੌਰ 'ਤੇ ਇਹ ਪੱਥਰ, ਧਾਤ ਜਾਂ ਲੱਕੜ ਦੀ ਬਣੀ ਹੁੰਦੀ ਹੈ। ਇਹ ਆਮ ਤੌਰ 'ਤੇ ਤਕਰੀਬਨ 2 ਫੁੱਟ 6 ਇੰਚ ਉੱਚੀ ਹੁੰਦੀ ਹੈ ਤਾਂ ਜੋ ਇੱਕ ਗੋਡੇ ਟੇਕਣ ਵਾਲੇ ਵਿਅਕਤੀ ਦੇ ਮੱਥੇ ਜਾਂ ਕੂਹਣੀਆਂ ਦਾ ਸਮਰਥਨ ਕਰ ਸਕੇ। ਨਵੇਂ ਬਣੇ ਕੈਥੋਲਿਕ ਗਿਰਜਾਘਰਾਂ ਵਿੱਚ ਇਸ ਨੂੰ ਬਣਾਉਣ ਦਾ ਰੁਝਾਨ ਥੋੜ੍ਹਾ ਘੱਟ ਗਿਆ ਹੈ, ਪਰ ਪੁਰਾਣੇ ਸਮੇਂ ਵਿੱਚ ਇਹ ਆਮ ਹੁੰਦੀ ਸੀ ਅਤੇ 19ਵੀਂ ਸਦੀ ਦੇ ਅੰਤ ਵਿੱਚ ਵਿਸ਼ੇਸ਼ ਤੌਰ 'ਤੇ ਸਜਾਵਟ ਲਈ ਹੀ ਬਣਾਈ ਜਾਂਦੀ ਸੀ। ਇਸ ਗਿਰਜਾਘਰ ਦੇ ਵਿੱਚ ਕੈਥੋਲਿਕ ਕਲੀਸਿਆ ਦੇ ਦੋ ਮਹਾਨ ਸੰਤਾਂ ਦੇ ਸਟੈਚੂ ਵੀ ਹਨ ਜੋ ਕਿ ਆਮ ਤੌਰ 'ਤੇ ਤਕਰੀਬਨ ਹਰ ਕੈਥੋਲਿਕ ਗਿਰਜਾਘਰ ਵਿੱਚ ਹੀ ਹੁੰਦੇ ਹਨ। ਜੀ ਹਾਂ, ਮੈਂ ਗੱਲ ਕਰ ਰਹੀ ਹਾਂ ਪਾਦੁਆ ਦੇ ਸੰਤ ਐਂਥਨੀ ਅਤੇ ਅਸੀਸੀ ਦੇ ਸੰਤ ਫ੍ਰਾਂਸਿਸ ਦੀ। ਗੱਲ ਕਰੀਏ ਪਾਦੁਆ ਦੇ ਸੰਤ ਐਂਥਨੀ ਦੀ ਤਾਂ ਉਹ ਕੈਥੋਲਿਕ ਮਿਸ਼ਨ ਦੇ ਸਭ ਤੋਂ ਪ੍ਰਸਿੱਧ ਸੰਤਾਂ ਵਿੱਚੋਂ ਇੱਕ ਹਨ। ਗੁਆਚੇ ਅਤੇ ਚੋਰੀ ਕੀਤੇ ਲੇਖਾਂ ਦੇ ਸਰਪ੍ਰਸਤ ਸੰਤ ਵੀ ਹਨ। ਉਹ ਇੱਕ ਸ਼ਕਤੀਸ਼ਾਲੀ ਫ੍ਰਾਂਸਿਸਕਨ ਪ੍ਰਚਾਰਕ ਅਤੇ ਅਧਿਆਪਕ ਸਨ। ਇਹਨਾਂ ਨੂੰ ਆਮ ਤੌਰ 'ਤੇ ਬਾਲਕ ਯਿਸੂ ਨੂੰ ਜਾਂ ਇੱਕ ਲਿਲੀ ਫੁੱਲ ਜਾਂ ਇੱਕ ਕਿਤਾਬ ਜਾਂ ਇਹ ਤਿੰਨੇ ਹੀ ਹੱਥ ਵਿੱਚ ਫੜ ਕੇ ਪੇਸ਼ ਕੀਤਾ ਜਾਂਦਾ ਹੈ ਜੋ ਕਿ ਸ਼ੁੱਧਤਾ ਨੂੰ ਦਰਸਾਉਂਦੇ ਹਨ। ਦੂਸਰਾ ਸਟੈਚੂ ਹੈ ਅਸੀਸੀ ਦੇ ਸੰਤ ਫ੍ਰਾਂਸਿਸ ਦਾ ਜੋ ਕਿ ਜਾਨਵਰਾਂ ਅਤੇ ਵਾਤਾਵਰਣ ਦੇ ਸਰਪ੍ਰਸਤ ਸੰਤ ਮੰਨੇ ਜਾਂਦੇ ਹਨ। ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਗਰੀਬਾਂ ਅਤੇ ਬਿਮਾਰ ਲੋਕਾਂ ਦੀ ਦੇਖਭਾਲ ਕੀਤੀ ਸੀ, ਇੱਥੋਂ ਤੱਕ ਕਿ ਉਹਨਾਂ ਨੇ ਪਸ਼ੂ ਪੰਛੀਆਂ ਨੂੰ ਵੀ ਪ੍ਰਭੂ ਦਾ ਉਪਦੇਸ਼ ਦਿੱਤਾ। ਇੱਕ ਅਮੀਰ ਖਾਨਦਾਨ ਤੋਂ ਹੁੰਦੇ ਹੋਏ ਵੀ ਉਹਨਾਂ ਨੇ ਗਰੀਬੀ ਵਿੱਚ ਜੀਵਨ ਬਿਤਾਇਆ। ਉਹਨਾਂ ਬਾਰੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਉਹ ਸਾਡੀ ਜਲੰਧਰ ਡਾਇਓਸਿਸ ਦੇ ਦੂਜੇ ਸਰਪ੍ਰਸਤ ਸੰਤ ਹਨ। ਇਹ ਉਹ ਸਥਾਨ ਹੈ ਜਿਸ ਤੋਂ ਪ੍ਰਭੂ ਯਿਸੂ ਮਸੀਹ ਦਾ ਸੁਸਮਾਚਾਰ ਸੁਣਾਇਆ ਜਾਂਦਾ ਹੈ ਅਤੇ ਇਹ ਖਾਸ ਪੁਰੋਹਿਤਾਂ ਵਾਸਤੇ ਹੁੰਦਾ ਹੈ। ਵੇਦੀ ਸਥਾਨ ਦੇ ਅੱਗੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਦਿਲ ਦਾ ਸਟੈਚੂ ਬੜੇ ਹੀ ਖੂਬਸੂਰਤ ਢੰਗ ਨਾਲ ਲਗਾਇਆ ਗਿਆ ਹੈ, ਜਿਸ ਨੂੰ ਦੇਖਦਿਆਂ ਹੀ ਲੋਕਾਂ ਦੇ ਅੰਦਰ ਪ੍ਰਭੂ ਯਿਸੂ ਦੇ ਪਵਿੱਤਰ ਦਿਲ ਦੇ ਪ੍ਰਤੀ ਭਗਤੀ ਭਾਵਨਾ ਜਾਗ ਜਾਂਦੀ ਹੈ। ਗੋਲਡਨ ਜੂਬਲੀ ਸਲੀਬ। ਅਸੀਂ ਜਾਣਦੇ ਹਾਂ ਕਿ ਇਹ ਸਾਲ ਸਾਡੀ ਜਲੰਧਰ ਡਾਇਓਸਿਸ ਦਾ ਗੋਲਡਨ ਜੂਬਲੀ ਸਾਲ ਹੈ ਅਤੇ ਇਸ ਸਾਲ ਦੇ ਵਿੱਚ ਸਾਡੀ ਜਲੰਧਰ ਡਾਇਓਸਿਸ ਵੱਲੋਂ ਗੋਲਡਨ ਜੂਬਲੀ ਸਲੀਬ ਬਣਾਈ ਗਈ ਹੈ ਜੋ ਇੱਕ ਗਿਰਜਾਘਰ ਤੋਂ ਦੂਸਰੇ ਗਿਰਜਾਘਰ ਦੇ ਵਿੱਚ ਜਾ ਰਹੀ ਹੈ, ਜਿਸ ਦਾ ਮਕਸਦ ਇਹ ਹੈ ਕਿ ਹਰ ਇੱਕ ਗਿਰਜਾਘਰ ਦੀ ਕਲੀਸਿਆ ਦੇ ਘਰਾਂ ਤੱਕ ਇਹ ਸਲੀਬ ਪਹੁੰਚਾਈ ਜਾਵੇ। ਪਰ ਕੋਵਿਡ-19 ਵਿੱਚ ਲੱਗੇ ਲੋਕਡਾਊਨ ਦਾ ਕਰਕੇ ਇਸ ਗੋਲਡਨ ਜੂਬਲੀ ਸਲੀਬ ਦੀ ਪ੍ਰਾਰਥਨਾ ਨੂੰ ਜਾਰੀ ਰੱਖਣ ਦੇ ਲਈ ਸੇਂਟ ਫ੍ਰਾਂਸਿਸ ਚਰਚ ਅੰਮ੍ਰਿਤਸਰ ਦੇ ਪੈਰਿਸ਼ ਪ੍ਰੀਸਟ ਯਾਨੀ ਕਿ ਮੋਨਸੀਨੀਅਰ ਮੈਥਿਊ ਕੁਕੰਡਮ ਜੀ ਨੇ ਇਸ ਗਿਰਜਾਘਰ ਦੇ ਵਿੱਚ ਇੱਕ ਅਲੱਗ ਗੋਲਡਨ ਜੂਬਲੀ ਸਲੀਬ ਦਾ ਨਿਰਮਾਣ ਕਰ ਲਿਆ ਹੈ।
ਦਰਬਾਰ ਦੇ ਸਾਹਮਣੇ ਹੀ ਕਲੀਸਿਆ ਦੇ ਬੈਠਣ ਦੇ ਲਈ ਡੈਸਕ ਲੱਗੇ ਹਨ ਜਿੱਥੇ ਬੈਠ ਕੇ ਲੋਕ ਪਾਕਮਾਜ਼ ਦੀ ਕੁਰਬਾਨੀ ਵਿੱਚ ਹਾਜ਼ਰ ਹੁੰਦੇ ਹਨ। ਇਸ ਦੇ ਦੋਵਾਂ ਪਾਸੇ ਦੋ ਬਰਾਮਦੇ ਹਨ ਜਿਨ੍ਹਾਂ ਵਿੱਚ ਮਾਤਾ ਮਰੀਅਮ ਦੇ ਦੋ ਸਟੈਚੂ ਲੱਗੇ ਹਨ। द सोरोफुल मदर और मदर ऑफ सोरोज आर लेडी ऑफ पाइटी ए माता मरियम दे कुछ अजिहे नाम हन जिन्हां द्वारा धन कुआरी मरियम नू उस दी जिंदगी विच आए दुखां दे संबंध विच दर्शाया जांदा है। इन्हां विचों ही एक नाम है आर लेडी ऑफ सोरोज जिस विच माता मरियम दे सत महत्वपूर्ण दुखां नू बयान किया गया है। माता मरियम दे ए सत दुख रोमन कैथोलिक कलीसिया दी प्रसिद्ध श्रद्धा हन। माता मरियम दे स्वरूप नू स्टैचूज जां फोटो विच बहुत ही दुखमई तरीके नाल दर्शाया जांदा है जिवें कि माता मरियम लहू दे हंजू वहांदी हुई जां सत लंबे चाकुआं दा खंजर उस दे दिल नू विंदा होया। इस दे नाल ही दूसरे वरांडे दे विच आर लेडी ऑफ फातिमा जिसनू आर लेडी ऑफ होली रोजरी ऑफ फातिमा भी कहा जाता है दा स्टैचू स्थापित किया गया है। ये उस याद विच है जदों 1915 विच पुर्तगाल दे शहर फातिमा विखे कोवा डा एरिया विच तीन चरवाहे बच्चियां नू मां मरियम ने दर्शन दित्ते सन। ये इतराफ दी कुर्सी है जो हर कैथोलिक गिरजाघर दे विच हुंदी ही है। ए इतराफ दे साक्रामेंट वास्ते बनी है जिस ते बैठ के पुरोहित कलीसिया दे लोकां दे गुनाहां दे इकरार नू सुनदे हन। ऐसे ही वरांडे दे बिल्कुल आखिर विच बैप्टिज़मल पॉन्ड भी बनाया गया है जिथे नवे बच्चियां अते नवे विश्वासियां नू बपतिस्मे दा साक्रामेंट दित्ता जांदा है। निगाह मारीए इस दीआं दीवारां उत्ते तां हर कैथोलिक गिरजाघर दी तरां इस विच वी 14 मुकामां दीआं तस्वीरां लगियां होईआं हन। ਇਹ ਤਾਂ ਹੋ ਗਈ ਗੱਲ ਇਸ ਦੇ ਇੰਟੀਰੀਅਰ ਯਾਨੀ ਅੰਦਰਲੇ ਹਿੱਸੇ ਦੀ। ਹੁਣ ਬਾਹਰ ਚੱਲ ਕੇ ਦੇਖਦੇ ਹਾਂ ਇਸ ਦੇ ਐਕਸਟੀਰੀਅਰ ਨੂੰ ਕਿ ਹੋਰ ਕੀ ਖਾਸੀਅਤ ਹੈ ਇਸ ਇਤਿਹਾਸਕ ਗਿਰਜਾਘਰ ਦੀ। ਇਸ ਗਿਰਜਾਘਰ ਦੇ ਪ੍ਰਵੇਸ਼ ਦੁਆਰ ਤੋਂ ਬਾਹਰ ਨਿਕਲਦੇ ਹੀ ਬਿਲਕੁਲ ਸਾਹਮਣੇ ਫਲੈਗ ਹੋਇਸਟਿੰਗ ਪੋਲ ਵੀ ਹੈ ਜਿਸ ਉੱਪਰ ਐਨੂਅਲ ਫੀਸਟ ਸਲਾਨਾ ਈਦ ਯਾਨੀ ਕਿ ਸੰਤ ਫਰਾਂਸਿਸ ਅਸੀਸੀ ਦੀ ਈਦ ਦੇ ਮੌਕੇ 'ਤੇ 15 अगस्त यानी कि स्वतंत्र दिवस और 26 जनवरी यानी गणतंत्र दिवस के मौके पर झंडा लहराया जाता है। इस तो थोड़ी अगे आके माता मरियम की ग्रोटो है जिसनों मॉनसीनियर मैथ्यू कुकंडम जी ने 2017 विच बनाया सी। ग्रोटो दे विच संत डोमिनिक दा स्टैचू भी लग्या होया है जिन्हां नूं 15वीं सदी दे विच माता मरियम ने दर्शन दे के सब तो पहला रोजरी माला दित्ती सी अते इस दे नाल ही संतनी बरना दित्ता स्टैचू भी लग्या होया है जिन्हां नूं माता मरियम ने लूरदस विखे दर्शन दित्ते सी अते पापी लोकां वास्ते प्रार्थना करन नूं कहा सी अते एक टोए दे विचों गंदा पानी पीण दे लई कहा सी। तुहानूं दसना चाहुंदी हाँ कि इस गिरजाघर दे विच साडे नौजवानां वास्ते जो पुरोहित बनन आउंदे हन सेंट जॉन मैरी वियानी माइनर सैमनरी भी हुंदी सी।
ਇਹ ਸੈਮੀਨਰੀ ਇਸੇ ਜਗ੍ਹਾ ਤੇ ਹੁੰਦੀ ਸੀ ਜਿੱਥੇ ਹੁਣ ਸਿਸਟਰਾਂ ਰਹਿ ਰਹੀਆਂ ਹਨ। ਇਸ ਮਾਈਨਰ ਸੈਮੀਨਰੀ ਦੀ ਸਥਾਪਨਾ 8 ਸਤੰਬਰ 1980 ਵਿੱਚ ਕੀਤੀ ਗਈ ਸੀ ਅਤੇ ਸਵਰਗ ਵਾਸੀ ਬਿਸ਼ਪ ਸਿੰਫੋਰੀਅਨ ਕੀਪਰਸ ਜੀ ਵੱਲੋਂ ਮੌਨਸੀਨੀਅਰ ਮੈਥਿਊ ਕੁਕੰਡਮ ਜੀ ਨੂੰ ਇਸ ਮਾਈਨਰ ਸੈਮੀਨਰੀ ਦਾ ਸਭ ਤੋਂ ਪਹਿਲਾ ਰੈਕਟਰ ਨਿਯੁਕਤ ਕੀਤਾ ਗਿਆ ਸੀ। ਇਸ ਵਿੱਚ ਦੋ ਖਾਸ ਗੱਲਾਂ ਹਨ। ਇੱਕ ਹੈ ਕਿ 8 ਸਤੰਬਰ ਨੂੰ ਹੀ ਧੰਨ ਕੁਆਰੀ ਮਰੀਅਮ ਦਾ ਜਨਮ ਦਿਹਾੜਾ ਹੁੰਦਾ ਹੈ ਅਤੇ ਇਸੇ ਹੀ ਦਿਨ ਯਾਨੀ ਕਿ 8 ਸਤੰਬਰ ਨੂੰ ਸਾਡੀ ਜਲੰਧਰ ਡਾਇਸਿਸ ਦਾ ਵੀ ਜਨਮ ਦਿਨ ਹੁੰਦਾ ਹੈ। ਹੁਣ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਸ ਗਿਰਜਾਘਰ ਦਾ ਪ੍ਰੀਸਟ ਹਾਊਸ, ਜਿਸ ਨੂੰ ਪ੍ਰੈਸਬਿਟਰੀ ਵੀ ਕਿਹਾ ਜਾਂਦਾ ਹੈ ਅਤੇ ਜਿਸ ਵਿੱਚ ਗਿਰਜਾਘਰ ਦੇ ਪੈਰਿਸ਼ ਪ੍ਰੀਸਟ ਦੀ ਰਿਹਾਇਸ਼ ਹੁੰਦੀ ਹੈ। ਇਸ ਇਤਿਹਾਸਕ ਗਿਰਜਾਘਰ ਦੇ ਇਸ ਪ੍ਰੀਸਟ ਹਾਊਸ ਦੀ ਖਾਸੀਅਤ ਇਹ ਹੈ ਕਿ ਇਸ ਵਿੱਚ ਇਤਿਹਾਸ ਦੀਆਂ ਕਿਤਾਬਾਂ ਤਾਂ ਪਈਆਂ ਹੀ ਹਨ, ਇਸ ਤੋਂ ਇਲਾਵਾ ਇਸ ਦੇ ਵਿੱਚ ਕੁਝ ਇਤਿਹਾਸਿਕ ਪੇਂਟਿੰਗਸ ਵੀ ਲੱਗੀਆਂ ਹੋਈਆਂ ਹਨ, ਜਿਵੇਂ ਕਿ ਪ੍ਰਭੂ ਯੇਸੂ ਮਸੀਹ ਦੇ ਜਨਮ ਦੀ ਪੇਂਟਿੰਗ, ਗਤਸਮਨੀ ਬਾਗ ਵਿੱਚ ਪ੍ਰਭੂ ਯੇਸੂ ਮਸੀਹ ਦਾ ਦੁੱਖ ਭੋਗ, ਪ੍ਰਭੂ ਯੇਸੂ ਮਸੀਹ ਦੇ ਸਿਰ ਤੇ ਕੰਡਿਆਂ ਦਾ ਤਾਜ ਰੱਖਿਆ ਜਾਣਾ, ਪ੍ਰਭੂ ਯੇਸੂ ਦੀ ਸਲੀਬ ਉੱਤੇ ਮੌਤ ਅਤੇ ਪ੍ਰਭੂ ਯੇਸੂ ਮਸੀਹ ਦਾ ਮੁਰਦਿਆਂ ਵਿੱਚੋਂ ਫਿਰ ਜੀ ਉੱਠਣਾ। ਇਸ ਵਿੱਚੋਂ 4 ਪੇਂਟਿੰਗਸ ਕਾਫੀ ਪੁਰਾਣੀਆਂ ਹਨ, ਜਿਸ ਨੂੰ ਬਣਾਉਣ ਵਾਲੇ ਆਰਟਿਸਟ ਦਾ ਨਾਮ ਹੈ ਹੈਲਨ, ਪਰ ਇਹਨਾਂ ਵਿੱਚੋਂ ਇੱਕ ਪੇਂਟਿੰਗ ਬਣਾਈ ਹੈ ਸੰਤ ਫ੍ਰਾਂਸਿਸ ਸਕੂਲ ਦੇ ਆਰਟ ਮਾਸਟਰ ਰਾਜ ਨੇ। ਪ੍ਰੀਸਟ ਹਾਊਸ ਦੇ ਵਿੱਚ ਅਸੀਂ 5 ਪੇਂਟਿੰਗਸ ਵੇਖੀਆਂ, ਜਿਨ੍ਹਾਂ ਵਿੱਚੋਂ ਇੱਕ ਪੇਂਟਿੰਗ ਇੱਥੋਂ ਦੇ ਸਕੂਲ ਦੇ ਮਾਸਟਰ ਰਾਜ ਨੇ ਵੀ ਬਣਾਈ ਹੋਈ ਹੈ। ਇਹੀ ਹੈ ਉਹ ਸਕੂਲ ਯਾਨੀ ਕਿ ਸੇਂਟ ਫ੍ਰਾਂਸਿਸ ਸਕੂਲ। ਇਹ ਸਕੂਲ ਵੀ 1863 ਈਸਵੀ ਦੇ ਵਿੱਚ ਹੀ ਬਣਾਇਆ ਗਿਆ ਸੀ ਅਤੇ ਜਿਸ ਨੂੰ ਹੁਣ ਮੁੜ ਉਸਾਰਿਆ ਜਾ ਰਿਹਾ ਹੈ ਅਤੇ ਇਸ ਸਮੇਂ ਫ੍ਰਾਂਸਿਸਕਨ ਸਿਸਟਰਸ ਆਫ ਸੇਂਟ ਮੈਰੀਜ਼ ਇਸ ਸਕੂਲ ਨੂੰ ਚਲਾ ਰਹੀਆਂ ਹਨ। ਇਹ ਹੈ ਇਸ ਸਕੂਲ ਦਾ ਕੈਂਪਸ, ਇਸ ਦੇ ਬਿਲਕੁਲ ਸਾਹਮਣੇ ਸਿਸਟਰਾਂ ਦਾ ਕਾਨਵੈਂਟ ਹੈ ਯਾਨੀ ਕਿ ਫ੍ਰਾਂਸਿਸਕਨ ਸਿਸਟਰਸ ਆਫ ਸੇਂਟ ਮੈਰੀ ਆਫ ਏਂਜਲਸ ਆ ਜੋ ਕਿ ਇਸ ਸਕੂਲ ਨੂੰ ਚਲਾ ਰਹੀਆਂ ਹਨ ਅਤੇ ਇਸ ਦੇ ਬਿਲਕੁਲ ਸਾਹਮਣੇ ਹੈ ਇਸ ਸਕੂਲ ਦਾ ਆਡੀਟੋਰੀਅਮ। ਇਹ ਹੈ ਇਸ ਸਕੂਲ ਦੀ ਬਾਸਕਿਟਬਾਲ ਕੋਰਟ। ਇਸ ਦੇ ਬਾਰੇ ਇੱਕ ਬੜੀ ਹੀ ਦਿਲਚਸਪ ਗੱਲ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗੀ, ਜੋ ਇਹ ਹੈ ਕਿ ਇਸ ਬਾਸਕਿਟਬਾਲ ਕੋਰਟ ਦੇ ਵਿੱਚ 1863 ਈਸਵੀ ਦੇ ਵਿੱਚ ਬਣਿਆ ਸਭ ਤੋਂ ਪਹਿਲਾ ਪ੍ਰੀਸਟ ਹਾਊਸ ਹੁੰਦਾ ਸੀ ਅਤੇ ਜਦੋਂ ਉਸ ਪ੍ਰੀਸਟ ਹਾਊਸ ਨੂੰ ਇਸ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਸ਼ਿਫਟ ਕਰ ਦਿੱਤਾ ਗਿਆ ਉਦੋਂ ਇਸ ਜਗ੍ਹਾ ਦੇ ਉੱਤੇ ਇੱਕ ਪ੍ਰੈਸ ਬਣਾਈ ਗਈ ਸੀ ਜਿਸ ਦੇ ਵਿੱਚ ਸਾਡੀ ਜਲੰਧਰ ਡਾਇਸਿਸ ਦੀ ਸਭ ਤੋਂ ਪਹਿਲੀ ਪੰਜਾਬੀ ਪਾਕਮਾਸ ਦੀ ਮਿਸਲ ਤਿਆਰ ਕੀਤੀ ਗਈ ਸੀ ਜਿਸ ਨੂੰ ਫਾਦਰ ਐਡਵਰਡ ਓਐਫਐਮ ਕੈਪ ਦੇ ਦੁਆਰਾ ਬਣਾਇਆ ਗਿਆ ਸੀ। ਜਦੋਂ ਅਸੀਂ ਗਿਰਜਾਘਰ ਤੋਂ ਸਕੂਲ ਦੇ ਵੱਲ ਆਉਂਦੇ ਹਾਂ ਤਾਂ ਇੱਥੇ ਵੀ ਸੰਤ ਫ੍ਰਾਂਸਿਸ ਅਸੀਸੀ ਦਾ ਇੱਕ ਸ਼ਾਨਦਾਰ ਸਟੈਚੂ ਸਥਾਪਿਤ ਕੀਤਾ ਗਿਆ ਹੈ। ਫ੍ਰਾਂਸਿਸ ਅਸੀਸੀ ਦਾ ਸ਼ਾਨਦਾਰ ਸਟੈਚੂ। ਇਸ ਦੇ ਨਾਲ ਹੀ ਇੱਥੇ ਦੋ ਪੱਥਰ ਵੀ ਲਗਾਏ ਗਏ ਹਨ ਜਿਨ੍ਹਾਂ ਵਿੱਚੋਂ ਇੱਕ ਪੱਥਰ ਦੇ ਉੱਤੇ ਸੰਤ ਫ੍ਰਾਂਸਿਸ ਅਸੀਸੀ ਦੀ ਜੀਵਨੀ ਨੂੰ ਸੰਖੇਪ ਵਿੱਚ ਲਿਖਿਆ ਗਿਆ ਹੈ ਅਤੇ ਦੂਸਰੇ ਪੱਥਰ ਦੇ ਉੱਤੇ ਸੰਤ ਫ੍ਰਾਂਸਿਸ ਅਸੀਸੀ ਦੀ ਪ੍ਰਾਰਥਨਾ ਲਿਖੀ ਹੋਈ ਹੈ ਜਿਸ ਨੂੰ ਅਸੀਂ ਦ ਪ੍ਰੇਅਰ ਆਫ ਸੇਂਟ ਫ੍ਰਾਂਸਿਸ ਅਸੀਸੀ ਵੀ ਕਹਿੰਦੇ ਹਾਂ। ਇਹ ਸੰਤ ਫ੍ਰਾਂਸਿਸ ਅਸੀਸੀ ਸਾਡੇ ਲਈ ਦੁਆ ਕਰ। ਸ਼ਾਂਤੀ ਦੀ ਪ੍ਰਾਰਥਨਾ। ਹੇ ਪ੍ਰਭੂ, ਮੈਨੂੰ ਆਪਣੀ ਸ਼ਾਂਤੀ ਦਾ ਸਾਧਨ ਬਣਾਓ। ਜਿੱਥੇ ਨਫ਼ਰਤ ਹੋਵੇ ਉੱਥੇ ਮੈਨੂੰ ਪਿਆਰ ਬੀਜਣ ਦਿਓ। ਜਿੱਥੇ ਗਲਤੀ ਹੋਵੇ ਉੱਥੇ ਮਾਫ਼ੀ, ਜਿੱਥੇ ਸ਼ੱਕ ਹੋਵੇ ਉੱਥੇ ਵਿਸ਼ਵਾਸ, ਜਿੱਥੇ ਨਿਰਾਸ਼ਾ ਉੱਥੇ ਆਸ਼ਾ, ਜਿੱਥੇ ਹਨੇਰਾ ਉੱਥੇ ਰੋਸ਼ਨੀ, ਜਿੱਥੇ ਉਦਾਸੀ
उथे खुशी। हे पवित्र गुरु, मेरे ते ऐसे कृपा करो कि मैं तसल्ली लैण दी बजाए तसल्ली देवां, मैं समझे जाण दी बजाए दूजियां नूं प्यार करना सिखा, क्योंकि देण नाल ही सानूं मिलदा है, माफ करन नाल ही सानूं माफ़ी मिलदी है, अते मर के ही सानूं अनंत जीवन मिलदा है। आमीन। ਇਸੀ ਜਾਣਕਾਰੀ ਸਾਡੀ ਜਲੰਧਰ ਡਾਇਸਿਸ ਦੇ ਇਤਿਹਾਸਿਕ ਗਿਰਜਾਘਰ ਸੇਂਟ ਫ੍ਰਾਂਸਿਸ ਚਰਚ ਅੰਮ੍ਰਿਤਸਰ ਦੀ। ਉਮੀਦ ਕਰਦੀ ਹਾਂ ਤੁਹਾਨੂੰ ਸਾਡਾ ਇਹ ਐਪੀਸੋਡ ਬੇਹੱਦ ਪਸੰਦ ਆਇਆ ਹੋਵੇਗਾ ਅਤੇ ਤੁਸੀਂ ਖੁਦਾ ਦੀ ਬਰਕਤ ਵੀ ਪਾਈ ਹੋਵੇਗੀ। ਜੇਕਰ ਸੱਚਮੁੱਚ ਤੁਹਾਨੂੰ ਸਾਡੇ ਇਹ ਐਪੀਸੋਡ ਅੱਛੇ ਲੱਗ ਰਹੇ ਹਨ, ਇਹਨਾਂ ਡਾਕੂਮੈਂਟਰੀਜ਼ ਦੀ ਜਾਣਕਾਰੀ ਅੱਛੀ ਲੱਗ ਰਹੀ ਹੈ, ਤਾਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਫੀਡਬੈਕ ਜ਼ਰੂਰ ਦਿਓ ਅਤੇ ਇਸ ਡਾਕੂਮੈਂਟਰੀ ਦਾ ਲਿੰਕ ਆਪਣੇ ਲਵਡ ਵਨਸ ਦੇ ਨਾਲ ਵੀ ਸ਼ੇਅਰ ਕਰੋ, ਤਾਂ ਕਿ ਬਹੁਤ ਸਾਰੇ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਅਤੇ ਹਰ ਕੋਈ ਖੁਦਾ ਦੀ ਬਰਕਤ ਨੂੰ ਪਾ ਸਕੇ। ਪ੍ਰਭੂ ਤੁਹਾਨੂੰ ਆਸ਼ੀਸ਼ ਦੇਵੇ। ਗੋਡ ਬਲੈਸ ਯੂ ਆਲ। ਤੁਹਾਡੀ ਜਾਣਕਾਰੀ ਵਾਸਤੇ ਦੱਸਣਾ ਚਾਹੁੰਦੀ ਹਾਂ ਕਿ ਇਹ ਮਾਈਨਰ ਸੈਮੀਨਰੀ ਹੁਣ ਅੰਮ੍ਰਿਤਸਰ ਤੋਂ ਕਿਸ਼ਨਗੜ੍ਹ ਜਲੰਧਰ ਵਿਖੇ ਤਬਦੀਲ ਹੋ ਚੁੱਕੀ ਹੈ, ਜਿਸ ਦੀ ਜਾਣਕਾਰੀ ਅਸੀਂ ਅਗਲੇ ਐਪੀਸੋਡ ਦੇ ਵਿੱਚ ਲੈ ਕੇ ਆਵਾਂਗੇ। ਧਰਤੀ ਦੇਵਨ ਤੇਰੇ ਵਧਦੇ ਕਦਮ, ਪਾਵਨ ਧਰਤੀ ਦੇਵਨ ਤੇਰੇ ਵਧਦੇ ਕਦਮ, ਤੇਰੇ ਜੀਵਨ ਦੇ ਬੰਦੇਰਾ ਖੋਲਣਗੇ ਰੱਬ ਦੀ ਬਰਕਤ ਦੇ ਨਾਲ, ਉਜੜੇ ਖਿਲ ਜਾਣਗੇ ਸੁੱਤੇ ਪਾਕ ਤੇਰੇ ਜਾਗ ਤੈਨ ਡੋਲਣਗੇ ਪਾਵਨ ਧਰਤੀ ਦੇਵਨ।